ਗਿੱਦੜ ਬਹਾਦਰ ਨਜ਼ਦੀਕ ਲੱਗਦੀਆਂ ਦੋ ਨਹਿਰਾਂ ਵਿੱਚੋਂ ਇੱਕ ਸਰਹੱਦ ਫੀਡਰ ਵਿੱਚ ਉੱਗੇ ਲੰਬੇ ਸਰਕਾਨਿਆਂ ਕਾਰਨ ਜਿੱਥੇ ਕਿਸਾਨਾਂ ਦੇ ਖੇਤਾਂ ਨੂੰ ਪੂਰੀ ਤਰ੍ਹਾਂ ਨਹਿਰ ਦਾ ਪਾਣੀ ਨਹੀਂ ਪਹੁੰਚ ਰਿਹਾ, ਉੱਥੇ ਹੀ ਨਹਿਰ ਟੁੱਟਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 10 ਸਾਲਾਂ ਤੋਂ ਨਹਿਰ ਦੀ ਸਫਾਈ ਨਹੀਂ ਹੋਈ, ਜਿਸ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਰਕਾਰੀ ਅਧਿਕਾਰੀ ਵੀ ਕਦੇ ਹੀ ਗੇੜਾ ਮਾਰਦੇ ਨੇ। ਨਹੀਂ 10-15 ਸਾਲ ਹੋ ਗਏ ਜੀ, ਅਸੀਂ ਤਾਂ ਵੇਖੀ ਨਹੀਂ ਜੀ, ਮਤਲਬ ਕੱਲੀ ਬਰੇਤੀ ਨਿਕਲਦੀ ਰਹੀ ਹੈ ਜੀ, ਹੁਣ ਸਫਾਈ ਨਹੀਂ ਹੋਈ। ਆ ਸਰਕਾਰ ਨੇ ਦੱਸੀ ਜਾਂਦਾ ਜੀ ਵੀ ਇੰਨਾ ਚਿਰ ਹੋ ਗਿਆ ਜੀ, ਮਿਲੀਆਂ ਪਈਆਂ ਜੀ। ਇਹਦਾ ਨੁਕਸਾਨ ਕੀ ਹੈ, ਜ਼ਿਮੀਂਦਾਰ ਭਰਾਵਾਂ ਨੂੰ ਕੀ ਨੁਕਸਾਨ ਹੈ? ਇਹ ਨੁਕਸਾਨ ਹੀ ਹੈ ਜੀ, ਜਦੋਂ ਪਾਣੀ ਨਹੀਂ ਪੂਰਾ ਲੱਗਦਾ, ਨਾਲੇ ਖੇਤਾਂ 'ਚ, ਨਾਲੇ ਇੱਥੇ ਟੁੱਟ ਵੀ ਸਕਦੀ ਹੈ ਜੀ, ਕਦੋਂ ਮਰਜ਼ੀ ਟੁੱਟ ਸਕਦੀ ਹੈ। ਇਹ ਸਰਹੰਦ ਫੀਡਰ ਦੀ ਜਿਹੜੀ ਡੀਸਿਲਟਿੰਗ ਦਾ ਕੰਮ ਹੈ, ਇਹ ਤਾਂ ਵਾਂਸ ਇਨ ਅ ਲਾਈਫ ਟਾਈਮ ਹੀ ਆਪਾਂ ਕਰਾਇਆ ਸੀਗਾ, 2015 'ਚ ਕਰਾਇਆ ਸੀਗਾ ਜਦੋਂ ਇਹ ਬਣਿਆ। ਉਸ ਤੋਂ ਬਾਅਦ ਇਹਦੀ ਮਾਰਚ 2015 'ਚ ਆਪਾਂ ਕਰਵਾਈ ਸੀ ਲਾਸਟ ਟਾਈਮ ਇਹਦੀ ਸਫਾਈ। ਇਹਦੇ ਜਿਹੜੇ ਟੋਟਲ ਇੰਟਰਨਲ ਕਲੀਅਰੈਂਸ ਅਤੇ ਪਲੱਸ ਜਿਹੜੇ ਸਾਈਟ 'ਤੇ ਬਰਮ ਹੈ, ਟੋਟਲ ਇਹਦੀ ਸਫਾਈ 'ਤੇ 5.5 ਕਰੋੜ ਰੁਪਏ ਖਰਚਾ ਆਇਆ। For all updated news, please subscribe Ava News and ring the bell.